ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਬਹੁਤ ਹੀ ਪਿਆਰਾ ਡਿਜ਼ਾਇਨ ਲੈ ਕੇ ਆਏ ਹਾਂ। ਸੀ ਸਿਲਾਈਆਂ ਦਾ ਡਿਜ਼ਾਇਨ ਆ ਇਹ, ਅਤੇ ਅੱਠ ਅੱਠ ਤਾਗਾਂ ਦਾ ਡਿਜ਼ਾਇਨ ਹੈ। ਇਹ ਬਹੁਤ ਹੀ ਸੌਖਾ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਹਾਂ। ਸਿੱਧੀ ਸਾਈਡ ਇਸ ਤਰ੍ਹਾਂ, ਉਲਟੀ ਸਾਈਡ ਆਪਣਾ ਇਹ ਇਸ ਤਰ੍ਹਾਂ ਬਣ ਕੇ ਆਉਂਦਾ। ਪਹਿਲਾਂ ਆਪਾਂ ਇੱਕ ਕੁੰਡਾ ਬਿਨਾਂ ਬੁਣੇ ਉਤਾਰਾਂਗੇ, ਫਿਰ ਆਪਾਂ ਦੋ ਤਾਗੇ ਉਲਟੇ ਬੁਣਾਂਗੇ। ਇਸ ਤਰ੍ਹਾਂ ਇਹ ਦੋ ਕੁੰਡੇ ਉਲਟੇ ਹੋ ਗਏ, ਇੱਕ ਆਪਣਾ ਇਹ ਬਿਨਾਂ ਬੁਣੇ ਉਤਾਰੇ। ਅਸੀਂ ਤਾਗਾ ਬੈਕ ਸਾਈਡ ਲੈ ਜਾਂਗੇ, ਇੱਕ ਤਾਗਾ ਸਿੱਧਾ, ਫਿਰ ਆਪਾਂ ਇੱਥੇ ਕਰਾਂਗੇ ਦੋ ਦਾ ਇੱਕ, ਦੋ ਦਾ ਇੱਕ ਕਰਕੇ ਆਪਾਂ ਫਿਰ ਇੱਥੇ ਇਸ ਤਰ੍ਹਾਂ ਜਾਲੀ ਪਾ ਲਾਂਗੇ। ਇਹ ਕੁੰਡੇ ਨੂੰ ਉਲਟਾ ਕੇ ਇੱਥੇ ਚੜ੍ਹਾ ਕੇ ਫਿਰ ਕਰਾਂਗੇ ਦੋ ਦਾ ਇੱਕ, ਫਿਰ ਇੱਕ ਤਾਗਾ ਆਪਾਂ ਉਸੇ ਤਰ੍ਹਾਂ ਸਿੱਧਾ ਬੁਣ ਲਾਂਗੇ। ਫਿਰ ਉਸੇ ਤਰ੍ਹਾਂ ਆਪਾਂ ਦੋ ਤਾਗੇ ਉਲਟੇ ਬੁਣਾਂਗੇ, ਤਾਗਾ ਪਿੱਛੇ ਲੈ ਜਾਂਗੇ, ਇੱਕ ਤਾਗਾ ਸਿੱਧਾ, ਦੋ ਦਾ ਇੱਕ, ਫਿਰ ਇਸ ਤਰ੍ਹਾਂ ਜਾਲੀ ਪਾ ਲਾਂਗੇ। ਕੁੰਡਾ ਆਪਾਂ ਇਸ ਤਰ੍ਹਾਂ ਉਲਟਾ ਕੇ ਸਿਲਾਈ 'ਤੇ ਦੁਬਾਰਾ ਚੜ੍ਹਾ ਲਾਂਗੇ ਦੋ ਦਾ ਇੱਕ, ਫਿਰ ਉਸੇ ਤਰ੍ਹਾਂ ਆਪਾਂ ਇੱਕ ਬਣਾਉਂਗੇ। ਇਹ ਆਪਣੀ ਪਹਿਲੀ ਸਿਲਾਈ ਹੈ। ਸਿੰਪਲ ਜਿਹਾ ਡਿਜ਼ਾਇਨ ਆ ਅਤੇ ਬਹੁਤ ਸੋਹਣਾ ਲੱਗਦਾ। ਕੋਟੀ ਸਵੈਟਰ ਲੇਜ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹਾਂ। ਇਸ ਤਰ੍ਹਾਂ ਦੋ ਦਾ ਇੱਕ ਘੁਮਾ ਕੇ ਚਾਲੀ ਪਾ ਲਈ, ਫਿਰ ਕੁੰਡਾ ਉਲਟਾ ਕੇ ਦੋ ਦਾ ਇੱਕ, ਫਿਰ ਇੱਕ ਤਾਗਾ ਬੁਣ ਲਾਂਗੇ ਲਾਸਟ 'ਤੇ। ਉਸ ਤਰ੍ਹਾਂ ਆਪਣਾ ਦੋ ਕੁੰਡੇ ਰਹਿ ਗਏ। ਆਪਾਂ ਇੱਕ ਇੱਕ ਵੱਧ ਰੱਖਿਆ ਹੋਇਆ ਲੈ ਸਾਈਡ ਵਾਲੀ 'ਤੇ, ਤਾਂ ਕਰਕੇ ਆਪਣੇ ਇਹ ਤਿੰਨ ਤਿੰਨ ਤਾਗੇ ਆਉਂਦੇ ਨੇ। ਹੁਣ ਆਪਾਂ ਆ ਗਏ ਬੈਕ ਸਾਈਡ। ਬੈਕ ਸਾਈਡ ਆਪਾਂ ਕੀ ਕਰਨਾ, ਜਿਹੜੇ ਆਪਾਂ ਇਹ ਤਿੰਨ ਉੱਧਰ ਉਲਟੇ ਬੁਣੇ ਸੀ ਉਹ ਇੱਧਰ ਸਿੱਧੇ ਬੁਣਨੇ ਨੇ, ਜਿਹੜੇ ਆਪਾਂ ਡਿਜ਼ਾਇਨ ਵਾਲੇ ਨੇ ਉਹ ਇੱਧਰ ਉਲਟੇ ਬੁਣਨੇ ਨੇ। ਡਿਜ਼ਾਇਨ ਵਾਲੇ ਸਾਰੇ ਉਲਟੇ ਬੁਣਨੇ ਨੇ। ਜਦੋਂ ਸ਼ੁਰੂ ਕਰੋਗੇ ਉਦੋਂ ਸੁਣ ਲੱਗੂ, ਬਾਅਦ 'ਚ ਤਾਂ ਇਸ ਤਰ੍ਹਾਂ ਇਹ ਬਣਨ ਲੱਗ ਜੂ, ਫਿਰ ਪਤਾ ਲੱਗ ਜੂ ਵੀ ਇਹ ਸਿੱਧੇ ਬੁਣਨੇ ਨੇ ਬਾਕੀ ਉਲਟੇ ਬੁਣਨੇ ਨੇ। ਜਿਹੜੇ ਉੱਧਰ ਆਪਾਂ ਉਲਟੇ ਬੁਣਦੇ ਹਾਂ ਤਾਂ ਉਹ ਇੱਧਰ ਸਿੱਧੇ ਬੁਣਨੇ ਨੇ, ਡਿਜ਼ਾਇਨ ਵਾਲੇ ਸਾਰੇ ਉਲਟੇ ਬੁਣੇ ਜਾਣਗੇ। ਇਹ ਆਪਣੀ ਹੋ ਗਈ ਡਿਜ਼ਾਇਨ ਦੀ ਦੂਸਰੀ ਸਿਲਾਈ। ਬਹੁਤ ਸੋਹਣਾ ਲੱਗਦਾ, ਬਣਾ ਕੇ ਜ਼ਰੂਰ ਵੇਖਿਓ। ਜੇਕਰ ਸਾਡੇ ਚੈਨਲ 'ਤੇ ਨਵੇਂ ਆਏ ਹੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਵਾਲਾ ਬਟਨ ਦਬਾ ਦਿਆ ਕਰੋ, ਤਾਂ ਜੋ ਅਸੀਂ ਜੋ ਵੀ ਵੀਡੀਓ ਬਣਾਉਣਾ ਤੁਹਾਡੇ ਤੱਕ ਪਹੁੰਚ ਸਕੇ। ਇਸ ਤਰ੍ਹਾਂ ਨਵੇਂ ਨਵੇਂ ਸੋਹਣੇ ਸੋਹਣੇ ਡਿਜ਼ਾਇਨ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਹੁਣ ਆਪਾਂ ਆ ਗਏ ਤੀਸਰੀ ਸਿਲਾਈ 'ਤੇ। ਜਿਹੜੇ ਆਪਾਂ ਸਿੱਧੇ ਇੱਧਰ ਉਲਟੇ ਬੁਣਦੇ ਹਾਂ ਤਿੰਨ, ਪਹਿਲੇ ਉਹ ਇਸ ਤਰ੍ਹਾਂ ਉਲਟੇ ਬੁਣਾਂਗੇ ਤਾਗਾ ਬੈਕ ਸਾਈਡ। ਹੁਣ ਆਪਾਂ ਕੀ ਕਰਨਾ, ਦੋ ਦਾ ਇੱਕ, ਪਹਿਲਾਂ ਆਪਾਂ ਇੱਕ ਸਿੱਧਾ ਬਣਿਆ ਸੀ, ਹੁਣ ਇੱਥੇ ਬੁਣਨਾ ਨਹੀਂ ਤਾਗਾ ਆਪਣੀ ਸਾਈਡ, ਫਿਰ ਆਪਾਂ ਇਸ ਤਰ੍ਹਾਂ ਫਿਰ ਕਰਕੇ ਫਿਰ ਤਾਗਾ ਆਪਣੀ ਸਾਈਡ, ਇਹਨੂੰ ਇਸ ਤਰ੍ਹਾਂ ਘੁਮਾ ਕੇ ਦੋ ਦਾ ਇੱਕ, ਫਿਰ ਆਪਣੀ ਸਾਈਡ ਉਲਟੇ ਤਾਗਾ ਫਿਰ ਲੈ ਜਾਂਗੇ ਬੈਕ ਸਾਈਡ, ਦੋ ਦਾ ਇੱਕ ਤਾਗਾ ਆਪਣੀ ਸਾਈਡ ਜਾਲੀ ਪਾਵਾਂਗੇ, ਇਹਨੂੰ ਬੁਣਾਂਗੇ ਤਾਗਾ ਫਿਰ ਆਪਣੀ ਸਾਈਡ, ਇਹਦਾ ਫਿਰ ਇਸ ਤਰ੍ਹਾਂ ਉਲਟਾ ਕੇ ਤਾਗਾ ਉਲਟਾ ਕੇ ਇਹਦੀ ਫਲੀ ਬਣ ਜਾਂਦੀ ਹੈ। ਦੇਖਣ 'ਚ ਬਹੁਤ ਸੋਹਣਾ ਲੱਗਦਾ। ਤੁਸੀਂ ਚਾਹੋ ਤਾਂ ਇਸ ਤਰ੍ਹਾਂ ਵੀ ਦੋ ਦਾ ਇੱਕ ਕਰ ਸਕਦੇ ਹੋ, ਅਤੇ ਇਸ ਤਰ੍ਹਾਂ ਫਿਰ ਦੋ ਦਾ ਇੱਕ, ਫਿਰ ਇਸੇ ਤਰ੍ਹਾਂ ਕੁੰਡਾ ਉਲਟਾ ਕੇ ਦੋ ਦਾ ਇੱਕ, ਹੁਣ ਆਪਾਂ ਆ ਗਏ ਬੈਕ ਸਾਈਡ ਚੌਥੀ ਸਿਲਾਈ 'ਤੇ ਆ ਗਏ। ਇਹ ਉਸਤਰੀ ਬੁਣਨੀ ਹੈ, ਬੈਕ ਸਾਈਡ ਹਰ ਸਾਈਡ ਉਸਤਰੀ ਬੁਣੀ ਜਾਊ, ਜਿਸ ਤਰ੍ਹਾਂ ਬਸ ਆਪਣੇ ਤਾਗੇ ਵਧੇ ਘਟੇ ਜਾਣਗੇ
ਉਲਟੇ ਸਿੱਧੇ ਉਸ ਤਰ੍ਹਾਂ ਹੀ ਚੱਲੀ ਜਾਓ ਡਿਜ਼ਾਇਨ ਨਾਲ। ਬੈਕ ਸਾਈਡ ਇਸ ਤਰ੍ਹਾਂ ਬਣੂਗੀ। ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹਾਂ। ਸਿੰਪਲ ਜਿਹਾ ਡਿਜ਼ਾਇਨ ਆ, ਸਕੀਵੀ ਲਈ ਬਹੁਤ ਪਿਆਰਾ ਬਣ ਕੇ ਆਊ। ਜੇਕਰ ਕੋਟੀ ਬਣਾਉਣੀ ਆ, ਕੋਟੀ 'ਚ ਵੀ ਬਹੁਤ ਸੋਹਣਾ ਲੱਗਦਾ। ਇਸ ਤਰ੍ਹਾਂ ਇਹਨਾਂ ਨੂੰ ਆਪਾਂ ਨੂੰ ਸਾਰੇ ਬੁਣ ਲਾਂਗੇ। ਇਹ ਸਾਰੇ ਆਪਣੇ ਉਲਟੇ ਹੋ ਗਏ। ਹੁਣ ਆਪਾਂ ਆ ਗਏ ਪੰਜਵੀਂ ਸਿਲਾਈ 'ਤੇ। ਹੁਣ ਆਪਾਂ ਜਿਹੜੇ ਉਲਟੇ ਬੁਣਦੇ ਇਹਨਾਂ ਨੂੰ ਉਲਟੇ ਬੁਣਾਂਗੇ। ਜਿਹੜੇ ਸਿੱਧੇ ਆਪਣੇ ਡਿਜ਼ਾਇਨ, ਇਹਨਾਂ ਨੂੰ ਸਾਰਿਆਂ ਨੂੰ ਇਸ ਤਰ੍ਹਾਂ ਹੀ ਆਪਾਂ ਸਿੱਧੇ ਬਣਾ ਲਾਂਗੇ। ਇਹਨਾਂ ਨੂੰ ਸਾਰਿਆਂ ਨੂੰ ਸਿੱਧੇ ਬਣਾਵਾਂਗੇ। ਸਿੰਪਲ ਸਿਲਾਈ ਆ ਇਹ। ਜਿਹੜੇ ਉਲਟੇ ਇਹਨਾਂ ਨੂੰ ਇਸ ਤਰ੍ਹਾਂ ਉਲਟੇ ਬਣਾਵਾਂਗੇ, ਦੋ ਉਲਟੇ, ਬਾਕੀਆਂ ਨੂੰ ਆਪਾਂ ਸਿੱਧੇ ਬਣਾ ਲਾਂਗੇ। ਇਸ ਤਰ੍ਹਾਂ ਈਜ਼ੀ ਡਿਜ਼ਾਇਨ ਆ, ਬਣਾ ਕੇ ਜ਼ਰੂਰ ਵੇਖਿਓ ਕਿਵੇਂ ਲੱਗਿਆ, ਕਮੈਂਟ ਕਰਕੇ ਦੱਸਿਓ। ਸਾਡੇ ਨਾਲ ਜੁੜੇ ਰਹਿਣ ਲਈ, ਸਾਡੀ ਵੀਡੀਓ ਵੇਖਣ ਲਈ ਬਹੁਤ ਬਹੁਤ ਥੈਂਕ ਯੂ। ਇਸੇ ਤਰ੍ਹਾਂ ਚੈਨਲ ਨੂੰ ਪਿਆਰ ਦਿੰਦੇ ਰਹੋ। ਇਸ ਤਰ੍ਹਾਂ ਹੀ ਆਪਾਂ ਸਾਰਾ ਡਿਜ਼ਾਇਨ ਕੰਪਲੀਟ ਕਰਾਂਗੇ। ਇਹ ਆਪਣੀ ਪੰਜਵੀਂ ਸਿਲਾਈ ਆ। ਬੈਕ ਸਾਈਡ ਉਸੇ ਤਰ੍ਹਾਂ ਲੰਘੂ ਜਿਸ ਤਰ੍ਹਾਂ ਆਪਾਂ ਹਰ ਵਾਰ ਕੱਢਦੇ ਹਾਂ। ਇਸ ਤਰ੍ਹਾਂ ਇਹ ਆਪਣਾ ਬਣ ਕੇ ਆਉਂਦਾ। ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ। ਧੰਨਵਾਦ ਜੀ।